ਸਤਿ ਸ਼੍ਰੀ ਅਕਾਲ। ਇਹ ਤਿਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਧਿਕਾ ਸ਼ਰਮਾ ਕਰਦੀ ਹਾਂ ਨਿੱਘਾ ਸਵਾਗਤ। ਕੈਪਟਨ ਅਮਰੀਕ ਸਿੰਘ ਭੱਟੀ ਅਤੇ ਬਲਜਿੰਦਰ ਕੌਰ ਭੱਟੀ ਦੇ ਵਿਆਹ ਦੀ ਗੋਲਡਨ ਜੁਬਲੀ ਵਰ੍ਹੇ ਗੰਢ ਦੀ ਪੇਸ਼ ਹੈ ਇੱਕ ਰਿਪੋਰਟ। ਕਹਿੰਦੇ ਨੇ, ਜਾਨ ਹੈ ਤਾਂ ਜਹਾਨ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਅਨੇਕਾਂ ਹੀ ਖੁਸ਼ੀਆਂ ਅਤੇ ਗਮੀਆਂ ਆਉਂਦੀਆਂ ਨੇ। ਸਫਲ ਜ਼ਿੰਦਗੀ ਜਿਉਣ ਲਈ ਇਨਸਾਨ ਦਾ ਆਪਣਾ ਵੀ ਇੱਕ ਅਹਿਮ ਕਦਮ ਹੁੰਦਾ ਹੈ। ਸੋ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਪਰਿਵਾਰ ਦੀ ਜਿਨ੍ਹਾਂ ਨੇ ਆਪਣੇ ਵਿਆਹ ਦੀ 51ਵੀਂ ਬਰੇ ਗੰਢ ਮਨਾਈ, ਯਾਨੀ ਕਿ ਗੋਲਡਨ ਜੁਬਲੀ। ਕੈਪਟਨ ਅਮਰੀਕ ਸਿੰਘ ਭੱਟੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਫੌਜ ਵਿੱਚ ਤਨ ਮਨ ਅਤੇ ਇਮਾਨਦਾਰੀ ਨਾਲ ਕੈਪਟਨ ਦੇ ਅਹੁਦੇ ਵਜੋਂ ਨੌਕਰੀ ਕੀਤੀ ਅਤੇ 31 ਸਾਲ ਫੌਜ ਦੀ ਸੇਵਾ ਕਰਨ ਤੋਂ ਬਾਅਦ ਰਿਟਾਇਰ ਹੋਏ। ਇਸੇ ਤਰ੍ਹਾਂ ਸੰਗੀਤ ਅਤੇ ਸੋਸ਼ਲ ਮੰਚ ਦੇ ਪ੍ਰਧਾਨ ਅਮਰਜੀਤ ਧੀਮਾਨ ਜੀ ਅਤੇ ਸਮੂਹ ਅਹੁਦੇਦਾਰ ਕੈਪਟਨ ਅਮਰੀਕ ਸਿੰਘ ਭੱਟੀ ਅਤੇ ਸਮੂਹ ਪਰਿਵਾਰ ਨੂੰ ਵਧਾਈਆਂ ਦੇਣ ਲਈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਕੈਪਟਨ ਅਮਰੀਕ ਸਿੰਘ ਭੱਟੀ ਸਾਹਿਬ ਔਰ ਸਾਡੇ ਆਂਟੀ ਜੀ ਬਲਜਿੰਦਰ ਕੌਰ ਭੱਟੀ, ਅੱਜ ਇਹਨਾਂ ਦੀ ਵਿਆਹ ਦੀ 51ਵੀਂ ਵਰੇਗੰਢ ਜੀ ਮਨਾ ਰਹੇ ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ। ਅਸੀਂ ਦੁਆ ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ, ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਕਿ ਆਉਣ ਵਾਲਾ ਸਮਾਂ ਵੀ ਇਹਨਾਂ ਦਾ ਇੱਦਾਂ ਹੀ ਖੁਸ਼ੀਆਂ ਭਰਿਆ ਰਹੇ। ਔਰ ਜਿਸ ਤਰ੍ਹਾਂ ਅੱਜ ਅਸੀਂ ਇਕੱਠੇ ਹੋਏ ਹਾਂ 51ਵੀਂ ਵਰੇਗੰਢ 'ਤੇ, ਜਿਹਨੂੰ ਗੋਲਡਨ ਜੁਬਲੀ ਕਿਹਾ ਜਾਂਦਾ, ਔਰ ਅਸੀਂ ਇੱਦਾਂ ਹੀ ਡਾਇਮੰਡ ਜੁਬਲੀ 'ਤੇ 101ਵੀਂ ਸਾਲਗਿਰਾ ਦੇ ਇਹਨੇ ਇਕੱਠੇ ਹੋਵਾਂਗੇ। ਇਹ ਪਰਮਾਤਮਾ ਦੀ ਅਰਦਾਸ ਹੈ, ਕਾਮਨਾ ਕਰਦਾ। ਥੈਂਕ ਯੂ ਜੀ। ਹਫ਼ਤੇ ਮੈਂ ਹੀ ਕਹਾਂਗਾ, ਰੱਬ ਨੇ ਬਣਾਈ ਜੋੜੀ ਕੈਸੀ ਮਨਮੋਹਣੀ, ਰੱਬ ਨੇ ਬਣਾਈ ਜੋੜੀ ਕੈਸੀ ਮਨਮੋਹਣੀ, ਅੰਕਲ ਆਂਟੀ ਨਾਲ ਸੋਹਣਾ, ਆਂਟੀ ਅੰਕਲ ਨਾਲ ਸੋਹਣੀ। ਅਕਾਲ ਜੀ। ਸਾਡੇ ਸਤਿਕਾਰਯੋਗ, ਸਾਡੇ ਪਿਤਾ ਸਮਾਨ, ਮਾਤਾ ਸਮਾਨ ਸਰਦਾਰ ਅਮਰੀਕ ਸਿੰਘ ਜੀ ਭੱਟੀ ਅਤੇ ਬਲਜਿੰਦਰ ਕੌਰ ਜੀ ਭੱਟੀ, ਸੋ ਅੱਜ ਇਹਨਾਂ ਦੀ 51ਵੀਂ ਵਿਆਹ ਦੀ ਵਰ੍ਹੇਗੰਢ ਹੈ ਜੀ, ਅਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਅਤੇ ਸਾਡੇ ਮੰਚ ਵੱਲੋਂ। ਆਸ ਕਰਦੇ ਹਾਂ ਅਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਅਤੇ ਅਸੀਂ ਇੱਦਾਂ ਹੀ ਇਹ ਹਰ ਸਾਲ ਮਨਾਉਂਦੇ ਰਹੀਏ। ਧੰਨਵਾਦ ਜੀ। ਮੇਰੇ ਸਿੱਟੇ ਵਿੱਚ ਸੱਟ ਲੱਗੀ ਸੀ, ਗੋਲਡ ਜਾਂਦਾ ਨਹੀਂ ਹੁੰਦਾ, ਤੁਸੀਂ ਇੰਨਾ ਸਮਾਨ ਸਾਨੂੰ ਦਿੱਤਾ, ਉਹਦਾ ਮੈਂ ਪਰਿਵਾਰ ਨੂੰ ਧੰਨਵਾਦ ਕਰਦਾ। ਥੈਂਕ ਯੂ ਜੀ। ਕੈਪਟਨ ਅਮਰੀਕ ਸਿੰਘ ਭੱਟੀ ਦੇ ਗ੍ਰਹਿ ਵਿਖੇ 51ਵੀਂ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦੇਣ ਲਈ ਅਮਰਜੀਤ ਧੀਮਾਨ ਦੇ ਨਾਲ ਪਰਮਜੀਤ ਸਿੰਘ ਰਾਹੀ ਮਾਣਕਪੁਰ, ਸਨੀ ਉਨੇਵਾਲਾ, ਸ਼ੇਖਰ ਕੁਰਾਲੀਵਾਲਾ, ਬਲਵੀਰ ਸਿੰਘ ਵਾਲੀਆ, ਹਰਿੰਦਰ ਸਿੰਘ, ਪ੍ਰਿੰਸ ਮਾਨ, ਵਿੱਕੀ ਸੁਜਾਨਪੁਰੀਆ ਆਦਿ ਮੌਜੂਦ ਸਨ। ਨਵੀਆਂ ਅਤੇ ਲੇਟੈਸਟ ਅਪਡੇਟਸ ਲਈ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।